मेरे नाल चलना ही, मेरे नाल चलना ही। मैनू जरा मूंगफली छिल के दई। ਮੈਨੂੰ ਤੇਰੀਆਂ ਹਰਕਤਾਂ ਠੀਕ ਨਹੀਂ ਲੱਗਦੀਆਂ। ਹਰਕਤਾਂ ਮੇਰੀਆਂ ਠੀਕ ਹੀ ਨਹੀਂ, ਠੀਕ ਹੀ ਨਹੀਂ। ਭਾਈ ਉਹ ਗੜੋ ਕੀ ਮਸਲਾ ਹੈ? ਕੀ ਮਸਲਾ ਹੈ? ਕੁਛ ਵੀ ਨਹੀਂ ਮਸਲਾ। ਨਾਕ ਪਾਗਲ ਹੈ, ਨਾਕ ਪਾਗਲ ਹੈ। ਆਪਣਾ ਘਰ ਹੈ, ਆਪਣਾ ਘਰ ਹੈ। ਮੁੰਗਵਲੀ ਕੋ ਆ, ਮੁੰਗਵਲੀ ਕੋ ਆ ਮੈਨੂੰ। ਮੈਂ ਹੁਣ ਤੈਨੂੰ ਪਾਵਾਂਗਾ ਹੀ। ਐਵੇਂ ਪਾ ਦੇ ਫਿਰ, ਤੈਨੂੰ ਐਂ ਤੇ ਕਹਿਣਾ ਵਾ ਪਿਆ। ਮੇਰੀ ਗੱਲ ਸੁਣ, ਓਏ ਕੀ ਆ? ਐਂ ਨਹੀਂ ਢਲਣਾ ਹੁਣ। ਜੀ ਦੋਸਤੋ, ਮੈਂ ਖਾਨ ਅਲੀ ਤੇ ਬੜੀ ਮਜ਼ੇਦਾਰ ਵੀਡੀਓ ਲੈ ਕੇ ਆਇਆ ਤੇ ਵੀਡੀਓ ਨੂੰ ਐਂਡ ਤੱਕ ਦੇਖਣੀ ਹੈ ਤੇ ਸਰਦੀਆਂ ਵਾਲੀ ਵੀਡੀਓ ਵੇ ਤੇ ਉਹਨਾਂ ਬੰਦਿਆਂ ਨੇ ਵੇਖਣੀ ਹੈ ਕਿ ਜਿਹੜਾ ਰਜ਼ਾਈਆਂ ਦੇ ਵਿੱਚ ਵੜ ਕੇ ਵੇਖਿਆ ਜੇ ਤੇ ਫੈਮਲੀ ਇਸ ਵੀਡੀਓ ਤੋਂ ਦੂਰ ਰਹਿ, ਫੈਮਲੀ ਇਸ ਵੀਡੀਓ ਨੂੰ ਨਾ ਵੇਖਣ ਤੇ ਖੁਸ਼ਕ ਮੇਵਾ ਮੂੰਗਫਲੀ ਲੈ ਕੇ ਆਇਆ। ਮੂੰਗਫਲੀ ਪ੍ਰੈਂਕ ਹੈ ਤੇ ਬੜਾ ਮਜ਼ੇਦਾਰ ਪ੍ਰੈਂਕ। ਪ੍ਰੈਂਕ ਨੂੰ ਲਾਈਕ ਵੀ ਕਰਨਾ ਹੈ, ਸ਼ੇਅਰ ਕਰਨਾ ਹੈ, ਕਮੈਂਟ ਕਰਨਾ ਹੈ। ਪਾਕਿਸਤਾਨ ਜ਼ਿੰਦਾਬਾਦ। ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ ਵੇਲੇ। ਅਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਠਾਕ। ਮੌਸਮ ਆ ਗਿਆ ਸਰਦੀ ਦਾ, ਮੂੰਗਫਲੀ ਲੈਣ ਦੀ ਹੈ, ਮਕਾਨ ਵੀ ਲੈ ਲਿਆ ਕਿਰਾਏ 'ਤੇ। ਠੀਕ ਹੈ, ਸਿਰਫ ਇੱਕ ਸੱਜਣ ਸਾਥੀ ਬੇਲੀ ਚਾਹੀਦਾ ਹੈ ਅਤੇ ਤੁਸੀਂ ਮੇਰੇ ਨਾਲ ਚੱਲੋ ਘਰ ਅਤੇ ਮੂੰਗਫਲੀ ਵੀ ਮੈਨੂੰ ਛਿਲ ਕੇ ਦੇ ਆ ਜੇ, ਨਾਲੇ ਮੈਂ ਤੁਹਾਨੂੰ ਨਾ ਰਾਤ ਨੂੰ ਕਹਾਣੀਆਂ ਸੁਣਾਵਾਂਗਾ ਮਦੇ ਮਦੇ ਵਾਲੀਆਂ। ਅਤੇ ਮੇਰੇ ਨਾਲ ਤੁਸੀਂ ਚੱਲੋ, ਪੂਰਾ ਇੰਜੋਏਮੈਂਟ ਕਰਾਂਗੇ ਮੂੰਗਫਲੀ ਦੇ ਨਾਲ, ਚਾਹ ਵੀ, ਕਾਹਵਾ ਵੀ, ਅਤੇ ਤੁਹਾਨੂੰ ਹਰ ਚੀਜ਼ ਬਣਾ ਕੇ ਦਾਂਗਾ। ਠੀਕ ਹੈ, ਮੇਰੇ ਨਾਲ ਚੱਲਣਾ ਹੀ, ਮੇਰੇ ਨਾਲ ਚੱਲਣਾ ਹੀ, ਅਤੇ ਤੈਨੂੰ ਖੁਸ਼ ਵੀ ਕਰਾਂਗਾ। ਡਾਂਸ ਆਉਂਦਾ ਹੀ ਹੈ ਕੀ? ਡਾਂਸ ਨਹੀਂ ਆਉਂਦਾ? ਤੂੰ ਹੁਣ ਨਾ ਇੱਥੇ ਖਲੋ, ਮੇਰੀ ਗੱਲ ਸੁਣ, ਮੇਰੇ ਨਾਲ ਚੱਲ, ਤੂੰ ਮੇਰੇ ਨਾਲ ਚੱਲਣਾ ਹੈ। ਡਾਂਸ ਨਹੀਂ ਆਉਂਦਾ? ਉਹ ਯਾਰ, ਮੈਂ ਆਪਣੇ ਮਾਤੋ ਦਾ ਇਕੱਲਾ ਇਕੱਲਾ ਪੁੱਤਰ ਹਾਂ, ਮਾਤੋ ਦਾ ਇਕੱਲਾ ਇਕੱਲਾ ਪੁੱਤਰ ਹਾਂ ਯਾਰ। ਮੈਂ ਆਪਣੇ ਮਾਤੋ ਦਾ ਇਕੱਲਾ ਇਕੱਲਾ ਪੁੱਤਰ ਹਾਂ, ਛੱਡ ਦੇ ਮੈਨੂੰ। ਤੇ ਤੈਨੂੰ ਮੈਂ ਕੀ ਕਹਿ ਰਿਹਾ? ਤੈਨੂੰ ਕੋਈ ਗੱਲ ਕਰ ਰਿਹਾ? ਮੈਂ ਤਾਂ ਤੈਨੂੰ ਕਿਹਾ ਮੇਰੇ ਨਾਲ ਚੱਲ, ਇਕੱਲਾ ਇਕੱਲਾ ਪੁੱਤਰ ਹੈ ਤਾਂ ਮੈਂ ਕੀ ਕਰ ਸਕਣਾ? ਠੀਕ ਹੈ, ਹਿੰਮਤ ਕਰਨੀ ਚਾਹੀਦੀ ਸੀ ਉਹਨਾਂ ਨੂੰ, ਕਿ ਉਹਨੇ ਨਹੀਂ ਕੀਤੀ। ਇਕੱਲਾ ਇਕੱਲਾ ਪੁੱਤਰ ਹੈ ਤਾਂ ਚੱਲ ਆ ਨਾ ਮੇਰੇ। ਨਹੀਂ, ਮੈਂ ਨਹੀਂ ਆਉਣਾ ਯਾਰ, ਛੱਡ। ਮੈਂ ਮੈਨੂੰ ਮੇਰੀ ਮੇਰੀ ਗੱਲ ਸੁਣ, ਮੇਰੇ ਨਾਲ ਚੱਲ, ਤੈਨੂੰ ਮੂੰਗਫਲੀ ਖਵਾਵਾਂਗਾ। ਮੈਂ ਨਹੀਂ ਖਾਂਦਾ ਓਏ, ਗੱਲ ਸੁਣੀ ਓਏ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਏ? ਠੀਕ ਠੀਕ ਠਾਕ ਹੋ? ਹਾਂਜੀ, ਤਬੀਅਤ ਠੀਕ ਹੈ? ਫਸਟ ਕਲਾਸ ਹੈ। ਬਹਿ ਜਾ ਇੱਕ ਮਿੰਟ, ਬੈਠੋ। ਹੋਰ ਸੁਣਾਓ, ਠੀਕ? ਘਰ ਸਭ ਸਭ ਠੀਕ ਠਾਕ? ਬਾਬਾ ਜੀ, ਮੂੰਗਫਲੀ ਲੈ ਲਈ ਹੈ, ਵੇਖੋ। ਠੀਕ ਹੈ, ਇਹ ਦੇਖੋ, ਇਹ ਦੇਖੋ ਤੂੰ ਸਹੀ। ਮੈਂ ਵੇਖਣਾ ਪਿਆ ਖਾ, ਇਹ ਖਾ ਕੇ ਤੇ ਵੇਖੋ। ਕੋਈ ਚੀਜ਼ ਨਹੀਂ ਪਾਈ, ਸੱਜਣਾ ਸੇ ਲਈਏ, ਸੱਜਣਾ ਸੇ ਲਈਏ, ਜਿਹੜੇ ਸੱਜਣ ਹੁੰਦੇ ਨੇ ਨਾ ਉਹਨਾਂ ਸੇ ਲਈਏ। ਮਕਾਨ ਲੈ ਲਿਆ ਕਿਰਾਏ 'ਤੇ, ਕਿਰਾਏ 'ਤੇ ਮਕਾਨ ਲਿਆ ਅਤੇ ਪੂਰੇ ਕਮਰਿਆਂ ਦੇ ਵਿੱਚ ਕਲੀਨ ਪਾਇਆ, ਬੈੱਡ ਵੀ ਆਈ ਪੀ ਲਾਏ ਨੇ। ਮੈਂ ਕੀ ਕਰਾਂਗੇ ਕਿਰਾਏ 'ਤੇ? ਹੈਂ, ਮੈਂ ਕੀ ਕਰਨਾ ਬਾਬਾ ਜੀ? ਗੱਲ ਜਿਹੜੀ ਹੈ ਨਾ, ਹੁਣ ਲੰਮਿਆਂ ਪੈ ਕੇ ਹੀ ਆਉਣੀ ਹੈ। ਅੱਛਾ ਜੀ, ਅੱਛਾ ਜੀ। ਮੂੰਗਫਲੀ ਵੇਖੋ ਤੁਸੀਂ, ਮੈਨੂੰ ਛਿਲ ਕੇ ਤੇ ਆ ਜੇ, ਇੱਕ ਦਾਣਾ ਆਪਣੇ ਮੂੰਹ 'ਚ ਪਾਇਆ ਜੇ, ਇੱਕ ਦਾਣਾ ਮੇਰੇ ਮੂੰਹ 'ਚ ਪਾਇਆ ਜੇ, ਫਿਰ ਅਸੀਂ ਸੁਲਾਹ ਕਰਾਂਗੇ ਆਪਸ ਦੇ ਵਿੱਚ ਨਾ। ਸੁਲਾਹ ਸਮਝਦੇ ਹੋ ਨਾ? ਸਮਝ ਤੇ ਗਏ ਹੀ ਹੋ ਨਾ? ਆਓ ਫਿਰ ਸੁਲਾਹ ਕਰੀਏ, ਲੜਾਈ ਕਰੀਏ, ਸੁਲਾਹ ਕਰੀਏ। ਲੜਾਈ ਤੇ ਸਾਡੀ ਬਾਅਦ ਵਿੱਚ ਹੋਵੇਗੀ ਨਾ, ਪਹਿਲਾਂ ਹੀ ਸੁਲਾਹ ਕਰਾਂਗੇ। ਅੱਛਾ, ਫਿਰ ਲੜਾਈ ਕਰਾਂਗੇ ਨਾ? ਗੱਲ ਤੇ ਸੁਣੋ, ਮੂੰਗਫਲੀ ਮੂੰਗਫਲੀ ਮੈਨੂੰ ਛਿਲ ਕੇ ਲਿਆ ਜੇ, ਤੁਹਾਨੂੰ ਬਹੁਤ ਛਿਲਣੀ ਹੁੰਦੀ ਹੈ। ਤੇਰਾ ਕੀ ਇਰਾਦਾ ਬਈ, ਕੀ ਕਰਨਾ ਤੂੰ? ਗੱਲ ਇੰਨਾ ਢਿੱਡ ਵੀ ਕਿਉਂ ਕੱਢ ਲਿਆ ਜੀ? ਹੈਂ, ਢਿੱਡ ਕਿਉਂ ਕੱਢਿਆ ਜੀ ਡਰ? ਇਹ ਜਿਹੜਾ ਤੂੰ ਕੰਮ ਕਰਨਾ ਪਿਆ ਨਾ, ਅਸੀਂ ਕਰਕੇ ਛੱਡਿਆ। ਕਿਹੜਾ ਕੰਮ ਮੈਂ ਕਰਨਾ ਚਾਹ ਰਿਹਾ? ਜਿਹੜਾ ਤੂੰ ਦੱਸਣਾ ਪਿਆ ਮਕਾਨ 'ਤੇ ਇਹ,
ਤੁਸੀਂ ਕਰਕੇ ਛੱਡ ਦਿੱਤੇ ਨੇ ਹਾਂ ਜੀ ਅੱਛਾ ਫਿਰ ਮੈਂ ਗਲਤ ਬੰਦੇ ਨੂੰ ਹੱਥ ਦੇ ਬੈਠਾ ਹੈ ਨਾ ਜੱਲਾ ਕਿਧਰ ਹੈ ਕੀ ਸੁੱਤੇ ਪੈ ਨੂੰ ਜਗਾ ਕੇ ਹੁਣ ਚੱਲੇ ਆ ਸੁੱਤੇ ਪੈ ਨੂੰ ਜਗਾ ਕੇ ਹੁਣ ਚੱਲੇ ਆ ਕੀ ਸੁੱਤੇ ਪੈ ਨੇ ਹਾਂ ਜੀ ਕੀ ਹੋਇਆ ਇਹ ਸੁੱਤੇ ਪੈ ਨੂੰ ਜਗਾਤਾ ਹੀ ਹੁਣ ਤੋਂ ਸ਼ੈਤਾਨ ਸਾਡਾ ਕੀ ਸ਼ੈਤਾਨ ਤੁਹਾਡਾ ਹੈ ਉਹ ਤੋਂ ਛੱਡੋ ਨਾ ਮੈਨੂੰ ਕੀ ਜੇ ਇਹ ਹੀ ਹੈ ਜੋ ਤੂੰ ਕਰ ਰਿਹਾ ਹੈ ਆਹੋ ਕੀ ਜੇ ਉਹ ਮੈਂ ਨਹੀਂ ਹੁਣ ਤੈਨ ਜਾਣ ਦੇਣਾ ਕਾਰ ਤੋਂ ਬਸ ਮੇਰਾ ਤਾਂ ਕਿਰਾਇਆ ਦੇਣਾ ਮੇਰਾ ਆਪਣਾ ਹੁਣ ਆਇਆ ਕੀ ਮੇਰਾ ਕਿਰਾਏ ਤੇ ਕੀ ਕਿਰਾਇਆ ਦੱਸਣਾ ਪਿਆ ਨਾ ਮੈਨੂੰ ਮਕਾਨ ਲਿਆਇਆ ਨਾ ਕਿਰਾਏ ਤੇ ਆਹੋ ਤੇ ਮੇਰਾ ਆਪਣਾ ਮਕਾਨ ਤੁਹਾਡਾ ਆਪਣਾ ਹੈ ਹਾਂ ਜੀ ਅੱਛਾ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਇੱਧਰੋਂ ਛੱਡੋ ਨਾ ਨਾ ਮੈਂ ਨਹੀਂ ਹੁਣ ਛੱਡ ਕੀ ਜੇ ਨਾ ਕੀ ਹੁਣ ਤਾਂ ਜਿੱਥੇ ਫਸ ਗਿਆ ਤਾਂ ਬਸ ਮੇਰੀ ਗੱਲ ਸੁਣੋ ਮੈਂ ਨਾ ਮੈਂ ਤੇਰੀਆਂ ਬੜੀਆਂ ਸੁਣ ਲਈਆਂ ਮੇਰੀ ਇੱਕ ਮਿੰਟ ਗੱਲ ਤੇ ਸੁਣ ਮੇਰੇ ਕਮਰੇ 'ਚ ਜਾ ਕੇ ਸੁਣੀ ਕਿਹੜੇ ਕਮਰੇ 'ਚ ਜਿਹੜਾ ਮੇਰਾ ਆਪਣਾ ਮੈਂ ਬਾਬਾ ਜੀ ਇੰਜ ਦਾ ਵਾਕਈ ਨਹੀਂ ਜੇ ਤੇ ਮੈਂ ਵੀ ਇੰਜ ਦਾ ਨਹੀਂ ਤੂੰ ਮੈਨੂੰ ਸੁੱਤੇ ਪਏ ਸ਼ੈਤਾਨ ਨੂੰ ਜਗਾ ਦਿੱਤਾ ਤੂੰ ਸੁੱਤੇ ਪਏ ਸ਼ੈਤਾਨ ਨੂੰ ਜਗਾ ਦਿੱਤਾ ਤੂੰ ਸੁੱਤੇ ਪਏ ਸ਼ੈਤਾਨ ਨੂੰ ਹਾਂਜੀ ਬਾਬਾ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਛੱਡੋ ਤੇ ਸਹੀ ਨਾ ਕੀ ਜੇ ਬਾਬਾ ਜੀ ਕੀ ਜੇ ਕੀ ਜੇ ਉਹ ਨਹੀਂ ਇਹ ਹੀ ਹੈ ਜੋ ਕਹਿੰਦਾ ਪਿਆ ਸਾ ਉਹੀ ਹੈ ਕੀ ਮੈਂ ਕਹਿੰਦਾ ਹਾਂ ਪਿਆ ਇਹੀ ਕਹਿੰਦਾ ਪਿਆ ਸਾ ਤੂੰ ਆਇਆ ਹੁਣ ਕਿੱਥੇ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਕਿੱਥੇ ਖੜਨਾ ਕਿੱਥੇ ਜੇ ਮੈਨੂੰ ਆਪਣੇ ਗਾਰੇ ਚ ਹੈ ਤੇ ਕੀ ਕਰਾਂਗੇ ਅਸੀਂ ਪਿਆਰ ਕਰਾਂਗੇ ਤੇਰੇ ਕੋਲ ਪੱਟ ਹੈ ਨਾ ਕੀ ਪੱਟ ਹੈ ਕੀ ਪੱਟ ਹੈ ਕੀ ਪਾ ਕੇ ਹਾਂਜੀ ਕੀ ਪਾ ਕੇ ਇੰਜੋਏ ਕਰਾਂਗੇ ਠੰਡਾ ਮੌਸਮ ਠੰਡਾ ਮੌਸਮ ਬਾਬਾ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਇੱਧਰੋਂ ਛੱਡੋ ਮੈਂ ਨਾ ਇੱਕ ਮਿੰਟ ਮੇਰੀ ਗੱਲ ਤੇ ਸੁਣੋ ਨਾ ਛੱਡ ਤੇ ਨਹੀਂ ਹੋ ਸਕਦਾ ਉਹ ਬਾਬਾ ਜੀ ਮੈਂ ਇੰਜ ਦਾ ਬੰਦਾ ਨਹੀਂ ਜੇ ਸੱਚੀ ਗੱਲ ਏ ਅੱਲਾ ਜਾਣਦਾ ਜੀ ਮੈਂ ਇੰਜ ਦਾ ਬੰਦਾ ਨਹੀਂ ਹੈ ਦੇਗਾ ਸੱਚੀ ਗੱਲ ਜੇ ਹੁਣ ਤੇ ਫਿਰ ਬਾਬਾ ਜੀ ਮੈਂ ਇੰਜ ਦਾ ਮੈਂ ਤੁਹਾਨੂੰ ਦੱਸਾਂ ਤੇ ਮੈਂ ਇੰਜ ਦਾ ਵਾਕਈ ਨਹੀਂ ਜੇ ਨਹੀਂ ਹੈਗਾ ਮੈਂ ਨਹੀਂ ਹੈ ਪਰ ਮੈਂ ਹੁਣ ਇੰਜ ਦਾ ਹੋ ਗਿਆ ਬਾਬਾ ਜੀ ਮੈਂ ਨਾ ਇੱਕ ਛੋਟੇ ਜਿਹਾ ਨਾ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਮੇਰੇ ਭਾਈ ਹੋ ਮੇਰੇ ਵੀਰ ਹੋ ਮੈਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਮਜ਼ਾਕ ਕਰ ਰਿਹਾ ਹਾਂ ਤੁਹਾਡੇ ਨਾਲ ਮੇਰੀ ਨਾ ਮੈਂ ਇੱਕ ਪ੍ਰੈਂਕ ਵੀਡੀਓ ਬਣਾਉਂਦਾ ਵਾਂ ਬਾਬਾ ਜੀ ਉਹ ਦੇਖੋ ਕੈਮਰਾ 'ਚ ਪਾਇਆ ਉਹ ਉੱਧਰ ਦੇਖੋ ਉਹ ਦੇਖੋ ਨਾ ਉਹ ਉੱਧਰ ਤੇ ਦੇਖੋ ਨਾ ਸਲਾਮ ਅਲੈਕੁਮ ਕੈਸੇ ਹੈ ਤੋ ਭਈਆ ਠੀਕ ਹੈ ਆਪਕੀ ਜੀ ਠੀਕ ਜੀ ਭਾਈ ਕੀ ਹੋਇਆ ਮੈਂ ਕਿਹਾ ਕਾਹਦਾ ਪਿੱਛੇ ਕੀ ਵੇਖ ਰਹੇ ਹੋ ਪਿੱਛੇ ਇਹ ਅੰਬ ਦਾ ਬੂਟਾ ਹੈ ਪਤਾ ਕੀ ਹੋਏ ਮੈਨੂੰ ਕਾਹਦਾ ਬੂਟਾ ਗੱਲ ਤਾਂ ਸੁਣਿਆ ਹੈ ਭਾਈ ਕੀ ਮਸਲਾ ਤਬੀਅਤ ਠੀਕ ਹੈ ਹਾਂਜੀ ਠੀਕ ਮੈਂ ਨਾ ਕਿਰਾਏ 'ਤੇ ਮਕਾਨ ਲਿਆ ਓ ਨੋ ਤੇ ਫਿਰ ਕੀ ਕਰਾਂ ਮੂੰਗਫਲੀ ਲਈ ਹੈ ਹਾਂ ਸਰਦੀ ਦਾ ਵੀ ਮੌਸਮ ਹੈ ਮੈਨੂੰ ਛਿਲ ਛਿਲ ਕੇ ਮੂੰਗਫਲੀ ਦੇਗਾ ਕਹਿ ਰਹੇ ਬਾਈ ਤੈਨੂੰ ਹੈ ਕਹਿ ਰਹੇ ਤੈਨੂੰ ਮੈਨੂੰ ਛਿਲ ਛਿਲ ਕੇ ਮੂੰਗਫਲੀ ਦੇ ਦੇਈ ਬਾਈ ਤੈਨੂੰ ਕਹਿ ਰਹੇ ਬਾਈ ਜਾਨ ਮੈਨੂੰ ਕਹਿ ਰਹੇ ਤਾਂ ਤੈਨੂੰ ਮੈਂ ਸਿਰਫ ਕਹਿ ਰਿਹਾ ਕੀ ਮਸਲਾ ਤੇਰਾ ਕੋਈ ਮਸਲਾ ਨਹੀਂ ਕਿਰਾਏ 'ਤੇ ਮਕਾਨ ਲੈ ਲਿਆ ਸਾਲ ਦਾ ਕਿਰਾਇਆ ਦੇ ਦਿੱਤਾ ਹੁਣ ਮੂੰਗਫਲੀ ਲਈਏ ਅਤੇ ਆ ਮੈਨੂੰ ਜ਼ਰਾ ਮੂੰਗਫਲੀ ਛਿਲ ਕੇ ਦੇਈ ਮੈਨੂੰ ਤੇਰੀਆਂ ਹਰਕਤਾਂ ਠੀਕ ਨਹੀਂ ਲੱਗਦੀਆਂ ਹੈ ਹਰਕਤਾਂ ਤੇਰੀਆਂ ਠੀਕ ਨਹੀਂ ਲੱਗ ਰਹੀਆਂ ਹਰਕਤਾਂ ਮੇਰੀਆਂ ਠੀਕ ਹੀ ਨਹੀਂ ਉਧੜੋ ਕੀ ਮਸਲਾ ਹੈ ਕੀ ਮਸਲਾ ਹੈ ਕੁਛ ਵੀ ਨਹੀਂ ਮਸਲਾ ਪਾਗਲ ਕੀ ਮੈਂ ਤੈਨੂੰ ਕੀ ਕਹਿ ਰਿਹਾ ਅਤੇ ਉਧੜੋ ਜਾ ਕਿਸੇ ਹੋਰ ਨੂੰ ਲੱਭ ਜਾ ਕੇ ਅਤੇ ਮੈਂ ਤਾਂ ਸਿਰਫ ਤੇਰੇ ਨਾਲ ਹੀ ਗੱਲ ਕੀਤੀ ਨਾ ਕਿ ਮੂੰਗਫਲੀ ਮੈਨੂੰ ਛਿਲ ਕੇ ਦੇ ਦੇਈ ਮੈਂ ਤੈਨੂੰ ਮੂੰਗਫਲੀ ਨਾ ਮੈਂ ਤੈਨੂੰ ਖਵਾ ਦਿਆਂ ਕੀ ਮੂੰਗਫਲੀ ਤੂੰ ਖਵਾ ਦੇਣੀ ਮੈਂ ਤੈਨੂੰ ਕਹਿੰਦਾ ਪਿਆ ਉਧੜ ਹੋਇਆ ਯਾਰ ਮੈਂ ਤੈਨੂੰ ਪਿਆਰ ਨਹੀਂ ਕਹਿ ਰਿਹਾ ਮੂੰਗਫਲੀ ਲਈਏ ਤੇ ਚੱਲ ਆ ਕੀ ਆ ਚੱਲ ਆ ਹਾਂ ਚੱਲ ਮੇਰਾ ਵੀਰ ਜਾ ਕੰਮ ਕਰ ਜਾ ਕੇ ਆਪਣਾ ਹੈ ਗੱਲ ਤੇ ਸੁਣੀ ਗੱਲ ਸੁਣੀ ਮੇਰੇ ਕੋ ਐਵੇਂ ਰੱਪਲ ਨਾ ਖਾ ਲਈ ਹੈ ਦਾ ਕੁਛ ਨਹੀਂ ਹੈਗਾ ਜੀ ਕਾਦਾ ਕੀ ਮਸਲਾ ਤੇਰਾ ਕੀ ਮਸਲਾ ਮਸਲਾ ਕੀ ਹੈ ਤੇਰਾ ਮੈਂ ਤਾਂ ਸਿਰਫ ਤੈਨੂੰ ਕਹਿ ਰਿਹਾ ਮੇਰੀ ਗੱਲ ਸੁਣ ਉਹ ਬਾਈ ਹੱਥ ਪਣਾ ਕਰ ਯਾਰ ਹੱਥ ਪੜਾ ਕਰ ਲੈਣਾ ਮੈਂ ਤੈਨੂੰ ਕੀ ਕਹਿ ਰਿਹਾ ਕੋਈ ਗੱਲ ਕਰ ਰਿਹਾ ਮੈਂ ਤਾਂ ਤੈਨੂੰ ਸਿਰਫ ਕਹਿ ਮੈਨੂੰ ਮੂੰਗਫਲੀ ਛਿਲ ਕੇ ਦੇ ਕੰਮ ਘੱਟ ਜਾ ਕੇ ਕੰਮ ਕਿਤੇ ਪਾਗਲ ਕੰਮ ਆ ਸਹੀ ਤੇ ਆਇਆ ਵਾਂ ਮੇਰਾ ਭਰਾ ਕੰਮ ਸਹੀ ਆਇਆ ਵਾਂ ਮੈਂ ਕੰਮ ਆ ਸਹੀ ਆਇਆ ਵਾਂ ਮੇਰਾ ਵੀ
ਕੀ ਆ ਕੁੱਟਣਾ ਮੇਰੇ ਕੋ ਖਾ ਹੁਣ ਮੈਂ ਤੇਰੇ ਨਾਲ ਕੋਈ ਗੱਲ ਕਰ ਰਿਹਾ ਗੱਲ ਕਰ ਰਿਹਾ ਤੇਰੇ ਕੋ ਕੀ ਆਪਣਾ ਕੰਮ ਘਰ ਜਾ ਕੇ ਆਪਣਾ ਕੀ ਕੰਮ ਕਰਾਂ ਟਲ ਜਾਗਾ ਮੇਰੀ ਗੱਲ ਪੈਸੇ ਵੀ ਦਾਂਗਾ ਨਿਕਲ ਜਾ ਤੈਨੂੰ ਪੈਸੇ ਦਾਂਗਾ ਨਾ ਇੰਜ ਨੀ ਟਲਣਾ ਮੇਰੀ ਗੱਲ ਮੇਰੀ ਗੱਲ ਸੁਣ ਓਏ ਕੀ ਆ ਮੇਰੀ ਗੱਲ ਸੁਣ